वी आर वेरी एक्साइटेड फॉर द इलेक्शंस, लेट्स सी। और बिंदा जी का काम कैसा लगा आपको? वेरी नाइस, ऑलवेज ऑलवेज पॉजिटिव अबाउट हिम। बहुत अच्छा लगा जी, बहुत बढ़िया, इतने बढ़िया काउंसलर, अमेजिंग। वी वांट हिम बैक, वी डेफिनेटली वांट हिम बैक। सुखविंदर कौर जी साथ खड़े हैं, क्या कहना चाहेंगे? शी इज ऑल्सो अमेजिंग लेडी, शी विल वर्क इक्वली हार्ड, शी इज डेडी, शी विल बी अ विनर, शी विल बी अ रियल विनर। ਬਿੰਦਾ ਜੀ ਨੇ ਬਹੁਤ ਵਧੀਆ ਵਧੀਆ ਕੰਮ ਕੀਤੇ ਨੇ ਜੀ, ਆਸ ਕਰਦੇ ਹਾਂ ਅੱਗੇ ਤੋਂ ਵੀ ਇੰਝ ਹੀ ਕੰਮ ਕਰਨਗੇ। ਬਹੁਤ ਬਹੁਤ ਵਧੀਆ ਜੀ, ਬਹੁਤ ਵਧੀਆ ਲੱਗ ਰਿਹਾ ਵੀ ਡੋਰ ਟੂ ਡੋਰ ਕੈਂਪੇਨਿੰਗ ਹੋ ਰਹੀ ਹੈ, ਅੱਛਾ ਲੱਗ ਰਿਹਾ। ਬਹੁਤ ਅੱਛਾ ਜੀ, ਹਾਂਜੀ ਹਾਂਜੀ, ਪੂਰੇ ਨਾਲ ਉਹਨਾਂ ਦੇ ਨਾਲ ਅਸੀਂ ਸਾਰੇ। ਬਿੰਦਾ ਜੀ ਬਹੁਤ ਵਧੀਆ ਕੰਮ ਕੀਤਾ ਉਹਨਾਂ ਨੇ, ਦੁਬਾਰਾ ਫਿਰ ਸਾਨੂੰ ਬਹੁਤ ਆਸਾ ਇਹਨਾਂ ਤੋਂ, ਬਹੁਤ ਕੰਮ ਕਰਨਗੇ, ਵਧੀਆ ਕੈਂਡੀਡੇਟ ਨੇ, ਵਧੀਆ ਸਪੋਰਟ ਕਰਾਂਗੇ, ਸਾਰੇ ਪੂਰੀ ਸਪੋਰਟ ਕਰਾਂਗੇ, ਜਿੱਤਾਂਗੇ ਦੁਬਾਰਾ ਇਹ। ਬਿੰਦਾ ਜੀ ਵਾਸਤੇ ਮੈਂ ਕਹਿਣਾ ਚਾਹੁੰਦੀ ਹਾਂ ਕਿ ਇਹਨਾਂ ਨੇ ਬੜੇ ਸਰਾਭਾ ਨਗਰ ਦੇ ਅੱਛੇ ਕੰਮ ਕੀਤੇ ਨੇ, ਔਰ ਅੱਗੋਂ ਵੀ ਮੈਨੂੰ ਪੂਰਨ ਆਸ ਹੈ ਕਿ ਇਸੇ ਤਰ੍ਹਾਂ ਕੰਮ ਕਰਦੇ ਰਹਿਣਗੇ, ਲੋਕਾਂ ਦਾ ਦਿਲ ਜਿੱਤਦੇ ਰਹਿਣਗੇ, ਤਾਂ ਹੀ ਸਾਰੇ ਅਸੀਂ ਇਹਨਾਂ ਨੂੰ ਵੋਟਾਂ ਪਾਵਾਂਗੇ, ਕਰਾਂਗੇ ਜੀ। ਹਾਂਜੀ ਹਾਂਜੀ, ਕੀ ਕਹਿਣਾ ਚਾਹੋਗੇ? ਠੀਕ ਹੈ ਜੀ, ਬਹੁਤ ਵਧੀਆ ਕੰਮ ਹੈ ਜੀ। ਬਿੰਦਾ ਜੀ ਵਾਸਤੇ ਇਹੀ ਕਹਿਣਾ ਨੇ ਵੀ ਇੰਨੇ ਮਿਲਵਰਤਨ ਵਾਲੇ ਪਿਛਲੇ 5 ਸਾਲ ਇਹਨਾਂ ਨੇ ਇੰਨੇ ਸੋਹਣੇ ਸਾਨੂੰ ਦਿੱਤੇ ਨੇ, ਅਤੇ ਸਾਡੇ ਕੋਲ ਤਾਂ ਹੋਰ ਬਹੁਤ ਵਧੀਆ ਆਪਸ਼ਨ ਕੋਈ ਨਹੀਂ ਹੈ, ਇਹ ਇੰਨੀ ਸੋਹਣੀ ਆਪਸ਼ਨ ਨੇ, ਇਹਨਾਂ ਨੂੰ ਅਸੀਂ ਵੋਟ ਪਾਵਾਂਗੇ ਅਤੇ ਕੰਟੀਨਿਊ ਕਰਾਂਗੇ, ਸਾਡੀ ਸਪੋਰਟ ਇਹਨਾਂ ਨਾਲ ਹੀ ਹੈ। ਬਿੰਦਾ ਜੀ ਦੀਆਂ ਸਾਰੀਆਂ ਐਫਰਟਸ ਨੇ ਜੀ, ਉਹ ਸਾਰੀਆਂ ਨਜ਼ਰ ਆ ਰਹੀਆਂ, ਔਰ ਲੋਕਾਂ ਦੀ ਗੈਦਰਿੰਗ ਦੱਸ ਰਹੀ ਹੈ ਕਿ ਉਹਨਾਂ ਦੇ ਕਿੰਨੇ ਪਿਆਰ ਹੈ ਲੋਕਾਂ ਦੇ ਨਾਲ, ਕਿੰਨਾ ਕੁ ਉਹਨਾਂ ਨੇ ਇੱਥੇ ਲੋਕਾਂ ਦੇ ਨਾਲ ਸੇਵਾ ਕੀਤੀ। ਵਾਰਮ ਵੈਲਕਮ ਕੀਤਾ, ਕੀ ਕਹਿਣਾ ਚਾਹੋਗੇ? ਹੀ ਇਜ਼ ਆਲਵੇਜ਼ ਵੈਲਕਮ, ਹੀ ਇਜ਼ ਅ ਵੈਰੀ ਲਵਲੀ ਚੈਪ। ਹਾਂ ਹਾਂ ਬਿਲਕੁਲ ਬਿਲਕੁਲ ਠੀਕ ਹੈ, ਸਾਰਾ ਕੰਮ ਜ਼ਿੰਮੇਵਾਰੀ ਨਾਲ ਕਰਦੇ ਨੇ, ਜਦ ਵੀ ਕਹਿ ਬਹੁਤ ਵਧੀਆ ਆਦਮੀ, ਇਸ ਆਦਮੀ ਜਿਤਾਉਣਾ ਚਾਹੀਦਾ, ਪੂਰੇ ਸੰਤੁਸ਼ਟ ਹੈ, ਕੋਈ ਕੰਪਲੇਂਟ, ਸਾਰੀ ਗਲੀ ਦੇਖਿਆ ਕਿੰਨੀ ਸਾਫ਼ ਹੈ, ਆਹ ਜਵਾਬ ਦਿੰਦਾ ਸਾਰਾ ਬੁਲਾ ਕੇ ਸਾਡਾ ਕਿੰਨਾ ਸਾਫ਼ ਹੈ, ਵੈਰੀ ਕੋਆਪਰੇਟਿਵ, ਵੈਰੀ ਕੋਆਪਰੇਟਿਵ, ਕਿਉਂਕਿ ਉਹ ਨਜਾਇਜ਼ ਨਹੀਂ ਨਾ ਕੁਛ ਵੀ ਹੋਣਾ ਚਾਹੀਦਾ। ਮੈਂ ਸਮਝਦਾ ਵਾ ਹਾਂ, ਜਿੱਤ 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 ਇਹਨਾਂ ਦੀ ਪੱਕੀ ਹੈਗੀ, ਔਰ ਜਿੰਨਾ ਇਹਦੀ ਕੋਆਪਰੇਸ਼ਨ ਹੈਗੀ, ਜਿੰਨਾ ਇਹਦੇ ਨਾਲ ਸਾਥ ਲੋਕਾਂ ਨੇ ਦੇ ਰਹੇ ਹੈਗੇ ਨੇ, ਉਸ ਹਿਸਾਬ ਨਾਲ ਮੈਂ ਸਮਝਦਾ ਵੀ ਵਿਕਟਰੀ ਇਹਨਾਂ ਦੀ ਹੋਏਗੀ। ਬਿਲਕੁਲ ਜੀ, ਕਨਫਰਮ ਜਿੱਤਣਗੇ, ਕਿਉਂ ਨਹੀਂ ਜਿੱਤਣਗੇ? ਬਿੰਦਾ ਜੀ ਵਿਨ ਕਰੇ, ਹਮੇ ਤੋ ਇਹ ਉਮੀਦ ਹੈ, ਉਨਕੀ ਵਾਈਫ ਵਿਨ ਕਰੇ। ਔਰ ਉਨਕੇ ਕਾਮ ਸੇ ਸੰਤੁਸ਼ਟ ਹੈ? ਹਾਂ, ਬਹੁਤ ਸਾਲੋਂ ਸੇ ਦੇਖਤੀ ਹੂੰ, ਜੋ ਵੀ ਕਾਮ ਬੋਲੋ ਤੁਰੰਤ ਕਰਤੇ ਹੈ, ਬਹੁਤ ਅੱਛੇ ਇਨਸਾਨ ਹੈ। ਹਾਂਜੀ ਹਾਂਜੀ, ਬਿੰਦਾ ਜੀ ਨੇ ਬਹੁਤ ਕੰਮ ਕੀਤੇ ਆ ਸਾਡੇ, ਸਾਰੇ ਪਾਰਕਾਂ ਦੇ ਕਨੋਪੀ ਵਗੈਰਾ ਲਗਾਏ, ਸਾਰੇ ਰੋਡਸ ਵਗੈਰਾ ਕੰਪਲੀਟ ਕੀਤੀਆਂ, ਸਾਰੀ ਸੜਕਾਂ ਕੰਪਲੀਟ ਕੀਤੀਆਂ। ਡੋਰ ਟੂ ਡੋਰ ਜਾ ਰਹੇ, ਕਿੱਦਾਂ ਲੱਗ ਰਿਹਾ? ਬਹੁਤ ਅੱਛਾ ਰਿਸਪੌਂਸ ਆ ਰਿਹਾ ਇਹਨਾਂ ਦੀ, ਫਤਿਹ ਤੈਅ। ਅੱਛਾ ਜੀ, ਇਹ ਬਹੁਤ ਵਧੀਆ ਇਨਸਾਨ ਨੇ, ਅਤੇ ਇਹਨਾਂ ਨੇ ਅੱਗੇ ਵੀ ਬਹੁਤ ਸੇਵਾ ਕੀਤੀ ਹੈ ਪਿਛਲੇ 5 ਸਾਲਾਂ 'ਚ, ਅੱਗੋਂ ਵੀ ਕਰਦੇ ਰਹਿਣਗੇ, ਅਤੇ ਬਹੁਤ ਤਰੱਕੀ ਕਰਨਗੇ। ਬਿਲਕੁਲ, ਇਹ ਕਾਮਯਾਬ ਰਹਿਣਗੇ, ਔਰ ਅਕਾਲੀ ਦਲ ਦਾ ਮਾਣ ਵਧਾਉਣਗੇ, ਔਰ ਬੜੀ ਅੱਛੀ ਤਰ੍ਹਾਂ ਇਹ ਕੰਮ ਅੱਗੇ ਵੀ ਕੀਤਾ ਇਹਨਾਂ ਨੇ। ਏਰੀਆ ਦੀ ਗੱਲ ਕਰੀਏ ਤਾਂ ਇਹਨਾਂ ਦੇ ਏਰੀਆ ਜਿੰਨੇ ਵੀ ਕੰਮ ਕੀਤੇ, ਪਾਰਕ ਏਰੀਆ ਇਹਨਾਂ ਦੀ ਵਜ੍ਹਾ ਕਰਕੇ ਇੰਨਾ ਅੱਛਾ ਬਣਿਆ ਹੈ, ਕਿਸੇ ਕਿਸਮ ਦੀ ਤਕਲੀਫ ਨਹੀਂ ਹੈ, ਲਾਈਟਾਂ ਵਗੈਰਾ, ਪਾਰਕ ਵਗੈਰਾ ਬਹੁਤ ਅੱਛੀ ਤਰ੍ਹਾਂ ਮੇਨਟੇਨ ਕੀਤੇ। ਬਿੰਦਾ ਜੀ ਸਾਡੇ ਬਹੁਤ ਹਰਮਨ ਨੇਤਾ ਹੈ, ਔਰ ਸਰਾਭਾ ਨਗਰ 'ਚ ਇਹਨਾਂ ਨੇ ਬਹੁਤ ਹੀ ਸਾਰਿਆਂ ਲੋਕਾਂ ਦਾ ਬਹੁਤ ਅੱਛੇ ਤਰੀਕੇ ਨਾਲ ਕੰਮਕਾਰ ਕੀਤਾ ਹੈ, ਔਰ ਬਹੁਤ ਹੀ ਮਤਲਬ ਸਹਿਯੋਗ ਦੇਣ ਵਾਲੇ ਬੰਦੇ ਹੈ, ਅਤੇ ਸਾਡੀ ਇਹਨਾਂ ਦੇ ਪਰਮਾਤਮਾ ਅੱਗੇ ਇਹੀ ਗੁਜ਼ਾਰਿਸ਼ ਹੈ ਕਿ ਇਹਨਾਂ ਨੂੰ ਅੱਛੀ ਜਿੱਤ ਪ੍ਰਾਪਤ ਹੋਵੇ। ਹਾਂਜੀ, ਪਾਰਕਾਂ ਤੋਂ ਠੀਕ ਹੈ, ਲੇਕਿਨ ਥੋੜ੍ਹਾ ਜਿਹਾ ਇਹ ਕਿ ਹੋਰ ਜ਼ਿਆਦਾ ਉਹਨਾਂ ਨੂੰ ਇਹ ਕਰਨ ਤਾਂ ਹੋਰ ਵੀ ਅੱਛਾ ਲੱਗੇਗਾ, ਸਰਾਭਾ ਨਗਰ ਦਾ ਨਾਮ ਹੋਏਗਾ, ਅਤੇ ਬਾਕੀ ਸਾਡੇ ਕੌਂਸਲਰ ਤਾਂ ਹੈ ਹੀ ਬਹੁਤ ਅੱਛੇ।